ਸਿਰੇ ਬਣੇ ਮੈਂ ਪੁਲਿਸ ਵਾਲੇ ਦੇ ਘਰ ਕੰਮ ਕੀਤਾ ਉਹਦੀ ਮਾਂ ਕਹਿੰਦੀ ਹੁੰਦੀ ਸੀ ਨਾ ਇਹਨਾਂ ਦੀ ਦੁਸ਼ਮਣੀ ਚੰਗੀ ਅਤੇ ਨਾ ਇਹਨਾਂ ਦੀ ਦੋਸਤੀ ਚੰਗੀ ਔਰ ਮੇਰਾ ਇਹੋ ਹੀ ਬੱਚਾ ਜਿਸ਼ਾਨ ਉਹਨਾਂ ਦੇ ਘਰ ਬੱਚੇ ਉਹਦੇ ਨਾਲ ਖੇਡਦਾ ਰਿਹਾ ਮੈਨੂੰ ਘਰ ਨਹੀਂ ਗਈ ਸ਼ਾਇਦ ਉਹਨਾਂ ਨੂੰ ਪਤਾ ਲੱਗਾ ਕਿ ਨਹੀਂ ਕਿਹਦੇ ਘਰ ਕੰਮ ਕਰਦੇ ਵੈਸੇ ਮੈਂ ਤੁਹਾਨੂੰ ਇੰਟਰਵਿਊ ਤੁਹਾਡਾ ਸੁਣਿਆ ਸੀ ਮੈਂ ਟੀਵੀ ਦੇ ਉੱਤੇ ਤੁਸੀਂ ਬੜੀ ਖੁੱਲ ਕੇ ਗੱਲ ਕੀਤੀ ਮੈਂ ਤੁਹਾਨੂੰ ਇੱਕ ਚੀਜ਼ ਆਪਣੀ ਕਮੇਟੀ ਦੇ ਬਿਹਾਫ ਤੇ ਮੇਰੇ ਦੇਖੋ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਆਸਰੀ ਕਮੇਟੀ ਦੇ ਕਹਿ ਠੀਕ ਹੈ ਔਰ ਮੈਂ ਤੁਹਾਨੂੰ ਵਾਅਦਾ ਕਰਨਾ ਵਾਂ ਕਿ ਅਗਰ ਐਵੀਡੈਂਸ ਕੋਈ ਨਾ ਆਈ ਤਾਂ ਤੁਹਾਡੇ ਪੁੱਤਰ ਦੇ ਨਾਂ ਤੋਂ ਦਹਿਸ਼ਤਗਰਦ ਲਖਤ ਉਤਰ ਜਾਏਗਾ ਔਰ ਮੈਂ ਇਸ ਤਰ੍ਹਾਂ ਹੀ ਕਰਾਂਗਾ ਜੀ ਮੇਰਾ ਆਪਣੀ ਫੈਮਿਲੀ ਦਾ ਮਸਲਾ ਅੱਜ ਤੁਹਾਡੇ ਸਾਹਮਣੇ ਸਾਰੇ ਸੈਨੇਟਰ ਪੂਰੀ ਕਮੇਟੀ ਦਾ ਇੱਕੋ ਹੀ ਵਿਊ ਹੈ ਕਿ ਇੱਥੇ ਇਨਸਾਫ਼ ਹੋਣਾ ਚਾਹੀਦਾ ਅੱਜ ਮੈਂ ਪ੍ਰਾਈਮ ਮਿਨਿਸਟਰ ਨੂੰ ਖਤ ਹੁਣੇ ਲਿਖ ਲਿਆ ਤੁਹਾਡੇ ਸਾਹਮਣੇ ਕਿ ਇਹਦਾ ਜੁਡੀਸ਼ਲ ਕਮਿਸ਼ਨ ਬਣਾਓ ਕਿ ਅਗਰ ਤੁਹਾਡੀ ਸੈਟਿਸਫੈਕਸ਼ਨ ਨਹੀਂ ਹੈ ਜੀ ਆਈ ਟੀ ਦੀ ਤਾਂ ਜੀ ਆਈ ਟੀ ਨੂੰ ਅਸੀਂ ਨਹੀਂ ਮੰਨਦੇ ਜੋ ਕਿ ਪਹਿਲੇ ਵੀ ਨਹੀਂ ਜੁਡੀਸ਼ਲ ਕਮਿਸ਼ਨ ਬਣਾ ਦੇਣ ਪੈਂਦਾ ਲਾਅ ਮਿਨਿਸਟਰ ਕਹਿ ਚੁੱਕੇ ਆ ਬਣਾਏ ਨਹੀਂ ਜੱਜ ਦੀ ਰਿਕਮੈਂਡੇਸ਼ਨ ਹੋਤੀ ਹੈ ਉਹ ਚੀਫ ਜਸਟਿਸ ਕਰਤਾ ਹੈ ਉਸਕਾ ਤਰੀਕਾ ਕਾਰ ਯੇ ਹੋਤਾ ਹੈ ਕਿ ਗਵਰਨਮੈਂਟ ਜੋ ਹੈ ਵੋ ਬਣਾ ਕੇ ਚੀਫ ਜਸਟਿਸ ਕੋ ਦੇਤੀ ਹੈ ਔਰ ਚੀਫ ਜਸਟਿਸ ਪਰ ਖੁਦ